ਇਹ ਸਾਹਿਬਜ਼ਾਦੀਆ ਸਟੋਰ ਹੈਗਾ ਵਾ, ਇੱਥੇ ਅੱਗ ਲੱਗ ਗਈ ਆ ਅਤੇ ਸਾਨੂੰ ਜਿਵੇਂ ਸੂਚਨਾ ਮਿਲੀ ਹੈ ਨਾਲ ਫਾਇਰ ਬ੍ਰਿਗੇਡ ਦੇ ਸਾਰੇ ਗੱਡੀਆਂ ਸਾਡੀਆਂ ਇੱਥੇ ਪਹੁੰਚ ਗਈਆਂ ਵਾ ਅਤੇ ਉਹਦੇ ਮੁਤਾਬਿਕ ਅਸੀਂ ਕਰਦੇ ਪਏ ਹਾਂ ਬਚਾਅ ਦਾ ਜਿਹੜਾ ਵੀ ਹੈਗਾ ਵਾ। ਕਾਰਨ ਦਾ ਇਹ ਤਾਂ ਹੁਣ ਕਲੀਅਰ ਨਹੀਂ ਹੋਏਗਾ, ਹੁਣ ਜੋ ਸਾਨੂੰ ਇੱਦਾਂ ਦੱਸਦੇ ਪਏ ਆ ਸ਼ਾਰਟ ਸਰਕਟਿੰਗ ਵਗੈਰਾ ਦਾ ਹੈਗਾ ਵਾ, ਉਹ ਚੀਜ਼ ਕਲੀਅਰ ਹੋਏਗੀ। ਇਹ ਉਹੀ ਮੈਂ ਕਹਿ ਰਿਹਾ ਜੀ, ਘੋੜਾ ਫੈਕਟਰੀ ਤਹਿਬਦਾਰੀ ਬ੍ਰਾਂਚ ਜਿਹੜੀ ਹੈਗੀ ਆ ਉਹਦਾ ਸਟੋਰ ਹੈਗਾ ਉੱਥੇ ਲੱਗੀ ਆ। ਇਹ ਸਰ ਉੱਧਰ ਮਾਲ ਪਿਆ ਉਹਨਾਂ ਦਾ ਕਾਰਪੋਰੇਸ਼ਨ ਦਾ, ਉਹਦੇ ਵਿੱਚ ਲੱਗੀ ਸੀ ਅਚਾਨਕ ਅੱਗ। ਇਹ ਸਾਨੂੰ ਨਹੀਂ ਪਤਾ ਜੀ, ਉਹਨਾਂ ਨੂੰ ਪਤਾ ਜੀ ਆਪਣੇ ਕਾਰਪੋਰੇਸ਼ਨ ਵਾਲਿਆਂ ਕਾਫੀ ਦੇਖ ਰਹੇ ਸਰ, ਤੁਸੀਂ ਦੇਖ ਹੀ ਰਹੇ ਹੋ, ਤੁਹਾਨੂੰ ਦੇਖ ਹੀ ਰਿਹਾ ਕਿੰਨੀ ਲੱਗੀ ਆ। ਦੋ ਤਿੰਨ ਆ ਚੁੱਕੀਆਂ ਨੇ, ਅਜੇ ਗੱਡੀਆਂ ਹੋਰ ਆ ਰਹੀਆਂ ਨੇ ਸਰ। ਨਹੀਂ ਜਾਨੀ ਤਾਂ ਮੁਸ਼ਕਿਲ ਹੈ ਜੀ, ਮਾਲ ਕਾਫੀ ਸੜ ਗਿਆ ਉੱਧਰ ਪਹਿਲੇ ਪਾਸੇ। ਹਾਂਜੀ ਸਿਲੰਡਰ ਉਹਨਾਂ ਦੇ ਕਾਰਪੋਰੇਸ਼ਨ ਤਹਿ ਬਜ਼ਾਰੀ ਵਾਲਿਆਂ ਨੇ ਫੜ ਕੇ ਰੱਖੇ ਦੇ, ਉਹ ਫਟ ਗਏ। ਇਹ ਨਹੀਂ ਪਤਾ ਸਰ ਅਜੇ ਕਿੰਨੇ ਫਟ ਚੁੱਕੇ, ਇਹ ਕਾਰਪੋਰੇਸ਼ਨ ਵਾਲਿਆਂ ਪਤਾ ਲੱਗੂਗਾ। ਇਹ ਸਾਡਾ ਤਾਂ ਇੱਧਰ ਮਾਲਖਾਨਾ ਪਿਆ ਜਿੱਦਾਂ ਦੇਖ ਜੀ। ਇਹ ਸਾਹਿਬਜ਼ਾਦੀਆ ਸਟੋਰ ਹੈਗਾ ਵਾ, ਇੱਥੇ ਅੱਗ ਲੱਗ ਗਈ ਆ ਅਤੇ ਸਾਨੂੰ ਜਿਵੇਂ ਸੂਚਨਾ ਮਿਲੀ ਹੈ ਨਾਲ ਫਾਇਰ ਬ੍ਰਿਗੇਡ ਦੇ ਸਾਰੇ ਗੱਡੀਆਂ ਸਾਡੀਆਂ ਇੱਥੇ ਪਹੁੰਚ ਗਈਆਂ ਵਾ ਅਤੇ ਉਹਦੇ ਮੁਤਾਬਿਕ ਅਸੀਂ ਕਰਦੇ ਪਏ ਹਾਂ ਬਚਾਅ ਦਾ ਜਿਹੜਾ ਵੀ ਹੈਗਾ ਵਾ। ਕਾਰਨ ਦਾ ਇਹ ਤਾਂ ਹੁਣ ਕਲੀਅਰ ਨਹੀਂ ਹੋਏਗਾ, ਹੁਣ ਜੋ ਸਾਨੂੰ ਇੱਦਾਂ ਦੱਸਦੇ ਪਏ ਆ ਸ਼ਾਰਟ ਸਰਕਟਿੰਗ ਵਗੈਰਾ ਦਾ ਹੈਗਾ ਵਾ, ਉਹ ਚੀਜ਼ ਕਲੀਅਰ ਹੋਏਗੀ। ਇਹ ਉਹੀ ਮੈਂ ਕਹਿ ਰਿਹਾ ਜੀ, ਘੋੜਾ ਫੈਕਟਰੀ ਤਹਿਬਦਾਰੀ ਬ੍ਰਾਂਚ ਜਿਹੜੀ ਹੈਗੀ ਆ ਉਹਦਾ ਸਟੋਰ ਹੈਗਾ ਉੱਥੇ ਲੱਗੀ ਆ। ਇਹ ਸਰ ਉੱਧਰ ਮਾਲ ਪਿਆ ਉਹਨਾਂ ਦਾ ਕਾਰਪੋਰੇਸ਼ਨ ਦਾ, ਉਹਦੇ ਵਿੱਚ ਲੱਗੀ ਸੀ ਅਚਾਨਕ ਅੱਗ। ਇਹ ਸਾਨੂੰ ਨਹੀਂ ਪਤਾ ਜੀ, ਉਹਨਾਂ ਨੂੰ ਪਤਾ ਜੀ ਆਪਣੇ ਕਾਰਪੋਰੇਸ਼ਨ ਵਾਲਿਆਂ ਕਾਫੀ ਦੇਖ ਰਹੇ ਸਰ, ਤੁਸੀਂ ਦੇਖ ਹੀ ਰਹੇ ਹੋ, ਤੁਹਾਨੂੰ ਦੇਖ ਹੀ ਰਿਹਾ ਕਿੰਨੀ ਲੱਗੀ ਆ। ਦੋ ਤਿੰਨ ਆ ਚੁੱਕੀਆਂ ਨੇ, ਅਜੇ ਗੱਡੀਆਂ ਹੋਰ ਆ ਰਹੀਆਂ ਨੇ ਸਰ। ਨਹੀਂ ਜਾਨੀ ਤਾਂ ਮੁਸ਼ਕਿਲ ਹੈ ਜੀ, ਮਾਲ ਕਾਫੀ ਸੜ ਗਿਆ ਉੱਧਰ ਪਹਿਲੇ ਪਾਸੇ। ਹਾਂਜੀ ਸਿਲੰਡਰ ਉਹਨਾਂ ਦੇ ਕਾਰਪੋਰੇਸ਼ਨ ਤਹਿ ਬਜ਼ਾਰੀ ਵਾਲਿਆਂ ਨੇ ਫੜ ਕੇ ਰੱਖੇ ਦੇ, ਉਹ ਫਟ ਗਏ। ਇਹ ਨਹੀਂ ਪਤਾ ਸਰ ਅਜੇ ਕਿੰਨੇ ਫਟ ਚੁੱਕੇ, ਇਹ ਕਾਰਪੋਰੇਸ਼ਨ ਵਾਲਿਆਂ ਪਤਾ ਲੱਗੂਗਾ। ਇਹ ਸਾਡਾ ਤਾਂ ਇੱਧਰ ਮਾਲਖਾਨਾ ਪਿਆ ਜਿੱਦਾਂ ਦੇਖ